ਇਹ ਮਜ਼ੇਦਾਰ ਪ੍ਰੀਖਿਆ ਤੁਸੀਂ ਕਿਸੇ ਵੀ ਸਕੂਲ ਵਿੱਚ ਕਰ ਸਕਦੇ ਹੋ। ਇਸ ਲਈ ਤੁਹਾਨੂੰ 4 ਵਧੀਆ ਕੁਆਲਿਟੀ ਦੇ ਗੁਬਾਰਿਆਂ, 1 ਲੱਕੜ ਦੇ ਫੱਟੇ ਅਤੇ ਕੁਝ ਇੱਟਾਂ ਦੀ ਲੋੜ ਪਵੇਗੀ। 4 ਗੁਬਾਰਿਆਂ ਨੂੰ ਇੱਕ ਬਰਾਬਰ ਫੁਲਾ ਲਓ ਅਤੇ ਸਾਰਿਆਂ ਦੇ ਮੂੰਹ ਨੂੰ ਇਕੱਠੇ ਬੰਨ੍ਹ ਦਿਓ। ਗੁਬਾਰਿਆਂ ਨੂੰ ਪਲੇਨ ਜ਼ਮੀਨ 'ਤੇ ਰੱਖ ਲਓ। ਹੁਣ 1 ਲੱਕੜ ਦੇ ਫੱਟੇ ਨੂੰ ਲਓ ਜਿਸ 'ਤੇ ਇੱਕ ਪਾਸੇ ਫੋਮ ਲੱਗੀ ਹੋਵੇ ਅਤੇ ਫੋਮ ਵਾਲਾ ਪਾਸਾ ਗੁਬਾਰਿਆਂ ਦੇ ਉੱਤੇ ਰੱਖ ਦਿਓ ਤਾਂ ਕਿ ਫੱਟੇ ਦੇ ਤਿੱਖਾ ਕੋਨਾ ਗੁਬਾਰਿਆਂ ਨੂੰ ਚੁੱਭ ਨਾ ਜਾਏ। ਅਸੀਂ ਹੁਣ ਗੁਬਾਰਿਆਂ ਦਾ ਭਾਰ ਸਹਿਣ ਦਾ ਸਮਰੱਥ ਚੈੱਕ ਕਰਾਂਗੇ। 1 ਇੱਟ ਦਾ ਭਾਰ ਲਗਭਗ 2 ਕਿਲੋ ਹੈ। ਹੌਲੀ ਹੌਲੀ ਤੁਸੀਂ 4-5 ਇੱਟਾਂ ਗੁਬਾਰਿਆਂ ਉੱਤੇ ਰੱਖ ਸਕੋਗੇ। ਉਸ ਤੋਂ ਬਾਅਦ ਤੁਸੀਂ 10 ਕਿਲੋ ਸੀਮੈਂਟ ਦਾ ਬਲੌਕ ਵੀ ਇਹਦੇ ਉੱਤੇ ਰੱਖ ਸਕੋਗੇ। ਤੁਸੀਂ ਵੇਖੋਗੇ ਕਿ ਇਹ ਗੁਬਾਰੇ ਇੰਨੇ ਤਗੜੇ ਨੇ ਕਿ ਇੱਕ 40 ਕਿਲੋ ਦਾ ਨਿਆਣਾ ਇਹਦੇ ਉੱਤੇ ਖੜ੍ਹਾ ਹੋ ਸਕਦਾ ਹੈ।